ਆਪਣੇ ਹੀ ਯਾਰ ਦਾ ਕਰਤਾ ਕਤਲ, ਫਿਰ ਹਸਪਤਾਲ 'ਚ ਲਾਸ਼ ਲਵਾਰਿਸ ਛੱਡ ਭੱਜ ਗਏ ਯਾਰ, ਲੱਖ ਦੀ ਲਾਨਤ ਹੈ ਸੀ ਯਾਰੀ 'ਤੇ। ਜੀ ਹਾਂ, ਮੋਹਾਲੀ ਦੇ ਸੈਕਟਰ 68 ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ 24 ਸਾਲ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਕਤਲ ਕਰਨ ਵਾਲੇ ਹੋਰ ਕੋਈ ਨਹੀਂ, ਇਸ ਦੇ ਖੁਦ ਦੇ ਯਾਰ ਸਨ। ਦੋ ਮੁਲਜ਼ਮ ਜਿਨ੍ਹਾਂ ਦੇ ਵੱਲੋਂ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰਿਆ ਗਿਆ 24 ਸਾਲਾ ਨੌਜਵਾਨ, ਕਤਲ ਤੋਂ ਬਾਅਦ ਸੋਹਾਣਾ ਹਸਪਤਾਲ ਦੇ ਵਿੱਚ ਲਾਸ਼ ਛੱਡ ਕੇ, ਸਟ੍ਰੈਚਰ ਦੇ ਉੱਤੇ ਲਾਸ਼ ਛੱਡ ਕੇ ਫਰਾਰ ਹੋ ਗਏ ਐਸੇ ਯਾਰ। ਪੁਲਿਸ ਨੇ ਦੋ ਅਣਪਛਾਤਿਆਂ 'ਤੇ ਮਾਮਲਾ ਦਰਜ ਕੀਤਾ ਹੈ ਅਤੇ ਉਹ ਦੋਨਾਂ ਦੀ ਭਾਲ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਦੀ ਪਹਿਚਾਣ 24 ਸਾਲਾ ਕਰਨਵੀਰ ਹੋਈ ਹੈ। ਕਰਨਵੀਰ ਸਿੰਘ ਸੈਕਟਰ 68 ਦੇ ਵਿੱਚ ਰਹਿੰਦਾ ਸੀ, ਇਸ ਦੇ ਨਾਲ ਦੋ ਤੋਂ ਤਿੰਨ ਮੁੰਡੇ ਹੋਰ ਰਹਿੰਦੇ ਸੀ ਜਿਨ੍ਹਾਂ ਦੇ ਵੱਲੋਂ ਕਤਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਅਣਪਛਾਤੇ ਮੁਲਜ਼ਮ ਮ੍ਰਿਤਕ ਨੂੰ ਕਾਰ 'ਚ ਹਸਪਤਾਲ ਲੈ ਕੇ ਆਏ ਅਤੇ ਐਮਰਜੈਂਸੀ 'ਤੇ ਲਿਜਾ ਕੇ ਪਹੁੰਚੇ, ਪਰ ਡਾਕਟਰਾਂ ਦੇ ਵੱਲੋਂ ਜਦ ਕਰਨਵੀਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤਾਂ ਥੋੜ੍ਹੀ ਦੇਰ 'ਚ ਹੀ ਦੋਵੇਂ ਮੁਲਜ਼ਮ ਮ੍ਰਿਤਕ ਦੀ ਲਾਸ਼ ਉਸਦੀ ਕਾਰ ਹਸਪਤਾਲ ਦੇ ਵਿੱਚ ਛੱਡ ਕੇ ਉੱਥੋਂ ਫਰਾਰ ਹੋ ਗਏ। ਪੁਲਿਸ ਮੁਤਾਬਕ ਸਾਰਾ ਵਿਵਾਦ ਲੜਕੀ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਹਸਪਤਾਲ ਤੋਂ ਮ੍ਰਿਤਕ ਦੀ ਕਾਰ ਵੀ ਬਰਾਮਦ ਕਰ ਚੁੱਕੀ ਹੈ। ਤਾਂ ਮੋਹਾਲੀ ਕਾਂਡ ਹੋ ਗਿਆ ਹੈ, 24 ਸਾਲਾਂ ਦੇ ਮੁੰਡੇ ਦਾ ਕਤਲ ਹੋ ਗਿਆ ਹੈ। ਕਤਲ ਕਰਨ ਵਾਲੇ ਹੋਰ ਕੋਈ ਨਹੀਂ, ਇਸ ਦੇ ਖੁਦ ਦੇ ਯਾਰ ਦੱਸੇ ਜਾ ਰਹੇ ਨੇ। ਹਾਲਾਂਕਿ ਹੁਣ ਤੱਕ ਉਹਨਾਂ ਦੀ ਪਹਿਚਾਣ ਨਹੀਂ ਹੋ ਸਕੀ। ਹਸਪਤਾਲ ਦੇ CCTV ਖੰਗਾਲੇ ਜਾਣਗੇ, ਜਿਸ ਤੋਂ ਬਾਅਦ ਸਾਹਮਣੇ ਆਵੇਗਾ ਕਿ ਆਖਿਰਕਾਰ ਉਹ ਦੋ ਮੁਲਜ਼ਮ ਸੀ ਕੌਣ ਜਿਨ੍ਹਾਂ ਨੇ ਆਪਣੇ ਹੀ ਯਾਰ ਦਾ ਕਤਲ ਕੀਤਾ ਅਤੇ ਹਸਪਤਾਲ 'ਚ ਲਵਾਰਿਸ ਛੱਡ ਗਏ ਲਾਸ਼, ਅਤੇ ਹੁਣ ਤੱਕ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਹੈ। ਬੱਚਾ ਸੀ 24 ਸਾਲ ਦਾ ਕਰਨਵੀਰ, ਜਿਹਦੇ ਕੱਲ੍ਹ ਗਲਾ ਘੁੱਟਣ ਨਾਲ ਕਤਲ ਹੋਇਆ। ਪ੍ਰਬਲ ਟਾਈਟਸ ਨੇ ਇਹਦੇ ਵਿੱਚ ਕੀ ਕਹਿੰਦੇ ਉਹਨਾਂ ਨਾਲ ਸਕਫਲ ਦੇ ਵਿੱਚ ਇਹਦੇ 'ਚ ਉਹਦਾ ਕਤਲ ਕੀਤਾ। ਇਹ ਇੱਕ ਜਿਹੜਾ ਹੋਇਆ ਕਿਸੇ ਲੜਕੀ ਦੇ ਪਿੱਛੇ ਹੋਇਆ, ਜਿੱਦਾਂ ਕੀ ਕਹਿੰਦੇ ਉਹਦੀ ਅਸੀਂ ਡਿਟੇਲਿੰਗ ਤੁਹਾਨੂੰ ਬਾਅਦ 'ਚ ਦੱਸਦੇ ਹਾਂ। ਇਹ ਆਪਣੇ ਅਜੇ ਹੁਣੇ ਹੀ ਉਹਨੇ ਪੜ੍ਹਾਈ ਕਰਕੇ ਅਤੇ ਆਪਣਾ ਨਿੱਜੀ ਕੰਮ ਵੇਖ ਲਿਆ ਸੀ। ਨਹੀਂ, ਇੱਕ ਉਹ ਮੁੰਡਾ ਜਿਹੜਾ ਪ੍ਰਬਲ ਟਾਈਟਸ ਹੈ ਉਹ ਵੀ ਉਹਨੂੰ ਹੀ ਚਾਹੁੰਦਾ ਸੀਗਾ, ਜਿਹਦੇ ਕਰਕੇ ਇਹ। ਹਾਂਜੀ ਇਹਦੀ ਇਹਦੀ ਜਿਹੜੀ ਡਿਟੇਲਿੰਗ ਹੈ, ਅਸੀਂ ਹੁਣ ਇਹ ਪੋਸਟਮਾਰਟਮ ਚੱਲ ਰਿਹਾ। ਇਹ ਰਾਤ ਹੀ ਅਸੀਂ FIR ਅਰਲੀ ਮਾਰਨਿੰਗ ਦੇ ਵਿੱਚ FIR ਦਿੱਤੀ ਹੈ 39 ਨੰਬਰ ਅਤੇ ITCT ਦੀ, ਅਤੇ ਉਸ ਤੋਂ ਬਾਅਦ ਅਸੀਂ ਡਿਟੇਲਿੰਗ ਇਹਦੇ ਬਾਰੇ ਤੁਹਾਨੂੰ ਵੱਖਰੇ ਤੌਰ 'ਤੇ ਦੇਵਾਂਗੇ ਜਦੋਂ ਬੰਦੇ ਦੀ ਅਰੈਸਟ। ਬਿਲਕੁਲ ਠੀਕ ਹੈ ਜੀ, ਇਹ ਉਹਦਾ ਪ੍ਰਬਲ ਟਾਈਟਸ ਨੇ ਹੀ ਇਹਨੂੰ ਸ਼੍ਰੀ ਹਰਕ੍ਰਿਸ਼ਨ ਹੋਸਪਿਟਲ ਦੇ ਵਿੱਚ ਦਾਖਲ ਕਰਾਇਆ। CCTV ਫੁਟੇਜ ਵੀ ਸਾਡੇ ਕੋਲ ਹੈਗੀ ਹੈ ਅਤੇ ਇਹਦੇ ਰਿਕਾਰਡ ਦੇ ਵਿੱਚ, ਉਹਦੇ ਵਿੱਚ ਕਲੀਅਰ ਉਹਨੂੰ ਲੈ ਕੇ ਵੀ ਛੱਡ ਕੇ ਵੀ ਉੱਥੇ ਆਉਂਦੇ ਆ, ਅਤੇ ਉੱਥੇ ਮੌਕੇ 'ਤੇ ਉਹਦੀ ਕਾਰ ਵੀ ਸਾਨੂੰ ਮਿਲੀ ਹੈ, ਜਿਹਦੇ ਵਿੱਚ ਉਹਦੀ ਅਸੀਂ FSL ਫੋਰੈਂਸਿਕ ਸਾਇੰਸ ਲੈਬੋਰਟਰੀ ਦੀ ਟੀਮ ਵੱਲੋਂ ਉਹਦੇ ਵਿੱਚ ਉਹਨੂੰ ਕਬਜ਼ੇ 'ਚ ਵੀ ਲਿਆ ਅਤੇ ਉਹਦੇ ਵਿੱਚ ਉਹਨਾਂ ਨੇ ਆਪਣੀ ਟੀਮ ਨੇ ਪੂਰੀ ਉਹਦੀ ਜਾਂਚ ਕਰਕੇ ਆਪਣੀ ਰਿਪੋਰਟ ਛੇਤੀ ਸਾਨੂੰ ਦੇਣ। ਪਰਚਾ ਦਰਜ ਹੋ ਗਿਆ 302-120 IPC 'ਤੇ, ਅਜੇ ਤੱਕ ਫਿਲਹਾਲ ਨਹੀਂ ਹੈ ਪਰ ਛੇਤੀ ਹੀ ਦੋਸ਼ੀ
ਇਹਦੇ ਵਿੱਚ ਅਜੇ ਜਦੋਂ ਪ੍ਰੋਬਲਟਾਈਟਿਸ ਤੋਂ ਬਾਅਦ ਹੀ ਸਾਰੀ ਡਿਟੇਲਿੰਗ ਤੁਹਾਨੂੰ ਅਸੀਂ ਦੱਸ ਪਾਵਾਂਗੇ। ਭਾਅ ਜੀ ਮੇਰਾ ਫਰੈਂਡ ਸੀ ਕਰਨਵੀਰ ਸਿੰਘ, ਠੀਕ ਹੈ, ਜਿਹੜੇ ਰਹਿੰਦੇ ਆ, ਇਹ ਮੈਂ ਇਹਨੂੰ ਫੋਨ ਕਰਿਆ ਸੀ ਸ਼ਾਮੀ। ਕਿੰਨੇ ਵਜੇ ਸਰ? ਪਹਿਲੇ ਕਰਿਆ ਉਹਨੂੰ ਦੁਪਹਿਰੇ ਕੌਣ 12 ਵਜੇ, ਕਹਿੰਦਾ ਵੀ ਮੈਂ ਆਪਣੇ ਪਾਸਪੋਰਟ ਔਫਿਸ ਆਇਆ, ਠੀਕ ਹੈ, ਮੇਰੀ ਗੱਲ ਹੋਈ ਹੈ। ਉਸ ਤੋਂ ਬਾਅਦ ਮੇਰੀ ਗੱਲ ਹੋਈ ਹੈ ਇਹਦੇ ਨਾਲ ਤਕਰੀਬਨ 7:45, ਠੀਕ ਹੈ ਜੀ। ਉਸ ਤੋਂ ਜੇ ਮੇਰੇ ਨਾਲ ਕੌਲ ਕਰੀ ਨਾ, ਇਹਨੂੰ ਕੋਈ ਹੋਰ ਬੰਦੇ ਇੱਥੇ ਅਨ ਮਤਲਬ ਬੰਦਾ ਬੋਲਿਆ, ਮੈਨੂੰ 2 ਵਾਰੀ ਗੱਲ ਹੋਈ, ਮੈਂ ਫੋਨ ਕਰਤਾ ਵੀ ਕੋਈ ਹੋਰ ਬੰਦਾ ਹੈ। ਉਸ ਤੋਂ ਬਾਅਦ ਹੁਣ ਤੋਂ ਬਾਅਦ ਮੈਂ 3ਵਾਰੀ ਜਦੋਂ ਮੇਰੀ ਗੱਲ ਹੋਈ, ਮੈਂ ਇਹਨੂੰ ਕਹਿੰਦੇ ਵੀ ਹਾਂਜੀ ਕਰਨਵੀਰ ਸਿੰਘ, ਤੁਸੀਂ ਕਰਨਵੀਰ ਸਿੰਘ ਦਾ ਕੀ ਲਾਦੇ? ਮੈਂ ਕਿਹਾ ਮੈਂ ਫਰੈਂਡ ਹਾਂ। ਕਹਿੰਦੇ ਵੀ ਕਰਨਵੀਰ ਸਿੰਘ ਤਾਂ ਹੋਸਪਿਟਲ ਸੋਹਾਣੇ ਐਮਰਜੈਂਸੀ 'ਚ ਐਡਮਿਟ ਹੈ, ਠੀਕ ਹੈ, ਉਹ ਬੇਹੋਸ਼ ਹੋਇਆ ਹੋਇਆ। ਫਿਰ ਮੈਂ ਉਹਨਾਂ ਨੂੰ ਬੋਲਿਆ ਵੀ ਤੁਸੀਂ ਉਹਦੇ ਫਾਦਰ ਸਾਹਿਬ ਨੂੰ ਕਨੈਕਟ ਕਿਉਂ ਨਹੀਂ ਕਰਿਆ? ਉਹ ਕਹਿੰਦੇ ਵੀ ਅਸੀਂ ਤਾਂ ਕਰਦੇ, ਸਾਡੇ ਕੋਲ ਫੋਨ ਦਾ ਪਾਸਵਰਡ ਹੁੰਦਾ, ਠੀਕ ਹੈ ਜੀ। ਫਿਰ ਮੈਂ ਕਿਹਾ ਠੀਕ ਹੈ, ਮੈਂ ਉਹਦੇ ਫਾਦਰ ਸਾਹਿਬ ਨੂੰ ਕਹਿੰਦਾ, ਉਹ ਤੁਹਾਡੇ ਨਾਲ ਕਾਲ 'ਤੇ ਗੱਲ ਕਰ ਲਵਾਂਗੇ, ਠੀਕ ਹੈ। ਉਹ ਕਹਿੰਦੇ ਕੋਈ ਗੱਲ, ਫਿਰ ਮੈਂ ਉਹਦੇ ਫਾਦਰ ਸਾਹਿਬ ਨੂੰ ਗੱਲ ਕਰੀ, ਉਹਨਾਂ ਨੇ ਇਹਨਾਂ ਨਾਲ ਕੰਟੈਕਟ ਕਰਿਆ, ਫੋਨ ਕਰਿਆ ਉਹਨਾਂ ਨੂੰ, ਉਹਦੇ ਸਾਹਿਬ ਫਾਦਰ ਸਾਹਿਬ ਦਾ ਮੈਨੂੰ 5-7 ਮਿੰਟ ਬਾਅਦ ਫਿਰ ਫੋਨ ਆਇਆ, ਕਹਿੰਦੇ ਵੀ ਤੂੰ ਜਲਦੀ ਹੋਸਪਿਟਲ 'ਚ ਆ ਜਾ, ਵੀ ਕਰ ਨੂੰ ਉਰੇ ਡੈਡ ਕਰਤਾ ਉਹਨਾਂ ਨੇ, ਮਤਲਬ ਡਾਕਟਰ ਸਾਹਿਬ ਨੇ ਕਿਹਾ ਵੀ ਡੈਡ ਕੋਸ਼ਿਸ਼ ਕਰਤਾ, ਅਤੇ ਤੂੰ 10-15 ਮਿੰਟ ਪਹੁੰਚ ਜਾ। ਉਸ ਤੋਂ ਬਾਅਦ ਅਸੀਂ ਇੱਥੇ ਆਏ ਅੰਦਰ, ਫਿਰ ਅਸੀਂ ਚੈੱਕ ਕਰਿਆ। ਸਰ ਕੀ ਲੱਗਦਾ ਤੁਹਾਨੂੰ ਵੀ ਇਹ ਕੀ ਡੈਡ ਬੋਡੀ ਕਿੱਦਾਂ, ਮਤਲਬ ਡੈਥ ਕਿੱਦਾਂ ਹੋਈ? ਮਰਡਰ ਹੈ ਸਰ, ਕਿੱਥੇ ਹੋਇਆ? ਵੀ ਨਿਸ਼ਾਨ ਹੋਏ ਹੋਏ ਆ ਇਹ, ਹੁਣ ਉਸ ਇਨਵੈਸਟੀਗੇਸ਼ਨ ਕਰੀ, ਉਹ ਕਹਿੰਦੇ ਵੀ ਮਿੱਟੀ ਕੋਲ ਹੋਇਆ, ਕੋਈ ਮੁੰਡੇ ਸੀ ਆਪਸ 'ਚ ਕੋਈ ਗੱਲਬਾਤ ਹੋਈ ਹੈ। ਇਹਦੀ ਫੋਟੋ ਜੀ ਮੈਂ ਤੁਹਾਨੂੰ ਦਿਖਾ ਸਕਦਾ ਸਰ, ਡਿਲੀਵਰ ਦਿਖਾਇਓ। ਇਹ ਇਹਦੀ ਫੋਟੋ ਹੈ, ਇਹ ਦੇਖੋ, ਇਹਦੇ ਗਲੇ 'ਤੇ ਵੀ ਨਿਸ਼ਾਨ ਕਰੇ ਹੋਏ ਆ, ਔਰ ਅੰਡੇ ਦੀ ਨੱਕ 'ਤੇ ਵੀ ਕੋਈ ਵਾਰ ਕਰਿਆ ਹੋਇਆ, ਅਤੇ ਕੰਨ 'ਤੇ ਵੀ ਦੇਖੋ ਇੱਕ ਛੋਟੇ 100 ਰੁਪਈਆ ਸੀ। ਸਰ ਇਹ ਸਭ ਕੀ ਕੰਮ ਕਰਦੇ ਸਰ? ਸਰ ਇਹ ਮੁੰਡਾ ਹੁਣ ਗ੍ਰੈਜੂਏਸ਼ਨ ਕਰਕੇ ਫ੍ਰੀ ਹੋਇਆ ਸੀ। ਅੱਛਾ ਜੀ। ਪਾਰਟ ਟਾਈਮ ਕੋਈ ਆਪਣੇ ਜੋਬ ਕਰਦਾ ਸੀ, ਮੇਰੇ ਇੱਥੇ ਲਾਇਸੈਂਸ ਦਫ਼ਤਰ 'ਚ ਵੀ ਆਪਣਾ ਫਾਈਲਾਂ ਫੂਲਾਂ ਵਗੈਰਾ ਸਬਮਿਟ ਕਰ ਲਈ ਸੀ, ਜਿਸ ਤਰ੍ਹਾਂ ਆਪਣਾ ਬਾਹਰੋਂ ਏਜੰਟ ਵਗੈਰਾ ਕਰ ਲਏ, ਠੀਕ ਹੈ ਸਰ। ਹਾਂ, ਉਹ ਇੱਦਾਂ ਕੋਈ ਕੰਪਲੇਂਟ ਨਹੀਂ ਸੀ ਮੁੰਡੇ ਦੀ, ਹੁਣ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੇਗਾ। ਸਰ ਮਰਡਰ ਦਾ ਕੀ ਕਾਰਨ ਲੱਗ ਰਿਹਾ ਇਹਨਾਂ ਦੇ ਪਰਿਵਾਰ ਵਾਲੇ ਕੋਲ? ਇਨਵੈਸਟੀਗੇਸ਼ਨ ਪਤਾ ਹੁਣ ਬਾਅਦ 'ਚ ਲੱਗੇਗਾ। ਪਰਿਵਾਰ ਸਰ ਇਹ ਵਿਆਹ ਹੋਏ ਸੀ, ਕਿੱਦਾਂ ਇਹਨਾਂ ਦਾ ਪ੍ਰਬਲ ਮੁੰਡਾ ਕੋਈ ਇੱਥੇ ਐਡਮਿਟ ਕਰਾ ਕੇ ਗਿਆ ਉਹਨੂੰ। ਅੱਛਾ ਜੀ। ਨੇ ਮਰਡਰ ਕਰਿਆ, ਉਹ ਆਪੇ ਹੀ ਇੱਥੇ ਐਡਮਿਟ ਕਰਾ ਕੇ, ਮਤਲਬ ਉਹ ਕਹਿ ਕੇ ਗਿਆ ਮਰਡਰ ਕਰਨ? ਇੱਥੇ ਉਹਦੇ ਸਿਗਨੇਚਰ ਹੋਏ ਹੋਏ ਆ, ਆਧਾਰ ਕਾਰਡ ਪੁਲਿਸ ਵਾਲਿਆਂ ਕੋਲ ਉਹਨਾਂ ਦਾ ਹੈਗਾ, ਉਹਨਾਂ ਸਾਨੂੰ। ਕਿੰਨੇ ਸਰ, ਕਿੰਨੇ ਕੁ ਸ਼ਾਰਪ ਵੈਪਨ ਲੱਗੇ ਤੁਹਾਨੂੰ ਲੱਗਦਾ ਕਿ ਗਰਦਨ 'ਤੇ ਜਾਂ ਕਿਤੇ? ਬਹੁਤ ਇੱਥੇ ਵੀ ਸਮਝ ਲਓ ਅਸੀਂ ਬਹੁਤ ਸੁੱਤੀ ਮਾਰਿਆ ਹੋਇਆ ਸੱਟ। ਇਹ ਸਰ ਰਹਿਣ ਵਾਲੇ ਮੂਲ ਰੂਪ ਤੋਂ ਕਿੱਥੋਂ ਦੇ ਨੇ, ਮੋਹਾਲੀ 'ਚ ਕਿੱਥੇ ਰਹਿ ਰਹੇ ਜੀ? ਇਹ ਪਿੱਛੋਂ ਤਾਂ ਭਾਈ ਸ਼ਾਇਦ, ਇਹ ਤਾਂ ਮੈਨੂੰ ਪਤਾ ਨਹੀਂ, ਸ਼ਾਇਦ ਨਕੋਦਰ ਕੋਟ ਤੋਂ ਰਹਿਣ ਦਾ, ਵੈਸੇ ਰਹਿੰਦੇ 68 ਹੈ। 68 ਸਰ ਵਿਆਹੇ ਹੋਏ ਨੇ? 68 ਰਹਿੰਦੇ ਨੇ। ਵਿਆਹੇ ਹੋਏ ਨੇ? ਨਹੀਂ, ਇਹਦੇ 24 ਸਾਲ ਦੀ ਉਮਰ ਹੈ। ਅੱਛਾ, 24। ਫੈਮਿਲੀ 'ਚ ਕੌਣ ਕੌਣ ਹੈ ਸਰ? ਫੈਮਿਲੀ 'ਚ ਸਿਸਟਰ ਹੈ, ਮਦਰ ਹੈ, ਫਾਦਰ ਹੈ।